ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 6045076666। ਦਾ ਹਰਪ੍ਰੀਤ ਸਿੰਘ ਸ਼ੋਅ ਦੇ ਅੱਜ ਦੇ ਇਸ ਧਾਰਮਿਕ ਸੈਗਮੈਂਟ ਵਿੱਚ ਆਪ ਸਭ ਦਾ ਹਾਰਦਿਕ ਸਵਾਗਤ ਹੈ। ਪ੍ਰੋਗਰਾਮ ਦੇ ਇਸ ਹਿੱਸੇ ਵਿੱਚ ਮੇਰਾ ਸਾਥ ਦੇਣਗੇ ਡਾਕਟਰ ਕਾਲਾ ਸਿੰਘ, ਜਿਹੜੇ ਕਿ ਕਮਿਊਨਿਟੀ ਦੀ ਇੱਕ ਜਾਣੀ ਪਛਾਣੀ ਸ਼ਖਸੀਅਤ ਹਨ ਅਤੇ ਸਿੱਖੀ ਦੇ ਬਾਰੇ ਇੱਥੇ ਆ ਕੇ ਵੱਖਰੇ ਵੱਖਰੇ ਮੁੱਦਿਆਂ ਉੱਤੇ ਜੋ ਰੋਜ਼ਮਰਾ ਜ਼ਿੰਦਗੀ ਵਿੱਚ ਇਹ ਚੀਜ਼ਾਂ ਨੂੰ ਕਿਉਂ ਲਾਗੂ ਕਰਨ ਦੀ ਲੋੜ ਹੈ ਉਸ ਉੱਤੇ ਫੋਕਸ ਕਰਦੇ ਨੇ। ਇੱਕ ਅਸੀਂ ਸੀਰੀਜ਼ ਜੋ ਸ਼ੁਰੂ ਕੀਤੀ ਹੈ ਜਿਸ ਵਿੱਚ ਕਿ ਉਹ ਗੁਣ ਜਿਹੜੇ ਸਾਨੂੰ ਅਡੋਪਟ ਕਰਨ ਦੀ ਲੋੜ ਹੈ ਜਿਸ ਨਾਲ ਕਿ ਅਸੀਂ ਆਪਣੇ ਜੀਵਨ ਵਿੱਚ ਪਰਿਵਰਤਨ ਲਿਆ ਸਕਦੇ ਹਾਂ ਉਸ ਉੱਤੇ ਫੋਕਸ ਕਰ ਰਹੇ ਹਾਂ। ਅੱਜ ਸਭ ਤੋਂ ਵੱਡੀ ਪ੍ਰੋਬਲਮ ਸਾਡੇ 'ਚ ਇਹ ਆ ਰਹੀ ਕਿ ਅਸੀਂ ਸੰਤੋਖੀ ਨਹੀਂ ਹਾਂ। ਸਭ ਕੁਝ ਹੋਣ ਦੇ ਬਾਵਜੂਦ ਅਸੀਂ ਕੰਪੈਰੀਜ਼ਨ ਕਰਦੇ ਹਾਂ, ਅਸੀਂ ਪਰੇਸ਼ਾਨ ਹਾਂ, ਹੋਰ ਦੀ ਚਾਹ ਦੇ ਵਿੱਚ ਅਸੀਂ ਆਪਣਾ ਜੀਵਨ ਜੋ ਹੈ ਉਹ ਲਾ ਰਹੇ ਹਾਂ, ਪਰ ਅਸਲ ਮੂਲ ਕੀ ਹੈ ਉਹ ਸਾਨੂੰ ਪਤਾ ਨਹੀਂ ਲੱਗ ਰਿਹਾ। ਸੰਤੋਖੀ ਹੋਣਾ ਕਿਉਂ ਜ਼ਰੂਰੀ ਹੈ, ਗੁਰੂ ਸਾਹਿਬ ਇਸ ਬਾਰੇ ਕੀ ਸਾਨੂੰ ਉਪਦੇਸ਼ ਕਰ ਰਹੇ ਨੇ, ਆਓ ਇਸ ਬਾਰੇ ਜਾਣਕਾਰੀ ਲੈਂਦੇ ਹਾਂ ਡਾਕਟਰ ਕਾਲਾ ਸਿੰਘ ਜੀ ਤੋਂ। ਡਾਕਟਰ ਸਾਹਿਬ ਜੀ ਆਇਆਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਪ੍ਰੀਤ ਸਿੰਘ ਜੀ, ਅੱਜ ਸੰਤੋਖ ਦੇ ਉੱਪਰ ਗੱਲ ਕਰੀਏ ਜੀ। ਸੰਤੋਖ ਹੈ ਕਿ ਜੋ ਮੇਰੇ ਕੋਲ ਹੈ ਮੈਂ ਉਹਦੇ ਵਿੱਚ ਖੁਸ਼ ਰਹਾਂ, ਪਰ ਅੱਗੇ ਵਧਣ ਦੀ ਕੋਸ਼ਿਸ਼ ਵੀ ਕਰਾਂ। ਠੀਕ। ਜੀਵਨ ਨਿਰਵਾਹ ਕਰਨ ਦੇ ਵਾਸਤੇ ਕੋਸ਼ਿਸ਼ ਕਰਨੀ ਬਹੁਤ ਜ਼ਰੂਰੀ ਹੈ। ਗਰੀਬੀ 'ਚ ਰਹਿਣਾ, ਭੁੱਖੇ ਰਹਿਣਾ, ਬੇਕਾਰੀ ਨੂੰ ਰੱਖਣਾ, ਇਹ ਸੰਤੋਖ ਨਹੀਂ ਹੈ। ਠੀਕ। ਜੇ ਕੋਈ ਜੀ ਮੈਂ ਜੀ ਸੰਤੋਖੀ ਹਾਂ, ਰੋਟੀ ਖਾਣ ਨੂੰ ਹੈ ਨਹੀਂ, ਕੱਪੜੇ ਪਾਉਣ ਨੂੰ ਹੈ ਨਹੀਂ, ਰਹਿਣ ਨੂੰ ਜਗ੍ਹਾ ਹੈ ਨਹੀਂ, ਜੀ ਮੈਂ ਸੰਤੋਖੀ ਹਾਂ, ਗੁਰੂ ਸਾਹਿਬਾਂ ਨੇ ਇਹ ਨਹੀਂ ਕਿਹਾ ਜੀ। ਗੁਰੂ ਸਾਹਿਬਾਂ ਨੇ ਇਹ ਕਿਹਾ ਵਾ ਕਿ ਕਿਰਤ ਕਰਨੀ ਬਹੁਤ ਜ਼ਰੂਰੀ ਹੈ, ਵੰਡ ਛਕਣਾ ਬਹੁਤ ਜ਼ਰੂਰੀ ਹੈ, ਇਹਦੇ ਵਾਸਤੇ ਕੋਸ਼ਿਸ਼ ਕਰਨੀ ਬਹੁਤ ਜ਼ਰੂਰੀ ਹੈ, ਪਰ ਜੋ ਕੁਛ ਤੁਹਾਡੇ ਕੋਲ ਹੈਗਾ ਆ ਜੀ ਉਹਦੇ ਉੱਪਰ ਖੁਸ਼ ਰਹਿਣਾ। ਜੇ ਅਸੀਂ ਉਹਦੇ ਉੱਪਰ ਖੁਸ਼ ਨਹੀਂ ਰਹਿੰਦੇ ਤਾਂ ਸਾਡੇ 'ਚ ਤ੍ਰਿਸ਼ਨਾ, ਲਾਲਚ, ਜੈਲਸ, ਮੈਨੂੰ ਤ੍ਰਿਸ਼ਨਾ ਹੈ ਕਿ ਮੇਰੇ ਕੋਲ ਇੱਕ ਮਕਾਨ ਹੈਗਾ, ਮੇਰੇ ਕੋਲ ਚਾਰ ਮਕਾਨ ਹੋਰ ਹੋਣ, ਮੈਨੂੰ ਤ੍ਰਿਸ਼ਨਾ ਮੇਰੇ ਕੋਲ ਇੱਕ ਘਰ ਹੈਗਾ, ਮੇਰੇ ਕੋਲ ਕਾਰ ਹੈਗੀ, ਮੇਰੇ ਕੋਲ ਤਿੰਨ ਕਾਰਾਂ ਹੋਰ ਹੋਣ ਜੀ, ਮੈਨੂੰ ਤ੍ਰਿਸ਼ਨਾ ਹੈ ਕਿ ਮੇਰੇ ਕੋਲ ਇੱਕ ਸੈੱਲਫੋਨ ਹੈਗਾ ਪਰ ਹੁਣ ਅੱਜ ਇੱਕ ਨਵਾਂ ਆ ਗਿਆ, ਮੈਨੂੰ ਭਾਵੇਂ ਦੀ ਜ਼ਰੂਰਤ ਹੈ ਭਾਵੇਂ ਨਹੀਂ ਹੈ ਪਰ ਮੈਂ ਉਹ ਖਰੀਦਣਾ ਆ। ਲਾਲਚ ਜੀ, ਜੈਲਸ, ਉਹਦੇ ਕੋਲ ਸਭ ਕੁਛ ਹੈ ਮੇਰੇ ਕੋਲ ਕਿਉਂ ਨਹੀਂ ਹੈ। ਇਹ ਜਿਹੜੇ ਚੀਜ਼ਾਂ ਨੇ ਗੁਰੂ ਨੇ ਇਸ ਤੋਂ ਰੋਕਿਆ ਹੈ। ਜਦੋਂ ਅਸੀਂ ਇਹਨਾਂ ਵੈਸਟਰਨ ਕੰਟਰੀਜ਼ ਬਾਰੇ ਗੱਲ ਕਰਦੇ ਹਾਂ, ਇੱਥੇ ਕਹਿੰਦੇ ਨੇ ਕਿ ਜੇ ਕੰਟੈਂਟਮੈਂਟ ਹੋ ਗਈ ਜੀ ਤਾਂ ਲਾਈਫ ਸਟੈਟਿਕ ਹੋ ਗਈ। ਠੀਕ। ਲੋੜਾਂ ਵਧਾਓ ਔਰ ਉਹਨਾਂ ਲੋੜਾਂ ਨੂੰ ਪੂਰਾ ਕਰਨ ਵਾਸਤੇ ਹੋਰ ਪੈਸੇ ਕਮਾਓ। ਕੰਜ਼ਿਊਮਰਿਸਟਿਕ ਕਲਚਰ ਜਿਹੜਾ ਹੈਗਾ, ਹਾਂ, ਉਹਦੇ ਵਿੱਚ ਇਹ ਹੈ ਕਿ ਜਦੋਂ ਹੁਣ ਤੁਸੀਂ ਗੱਲ ਕੀਤੀ ਕਿ ਕੰਜ਼ਿਊਮਰਿਜ਼ਮ, ਟੈਲੀਵਿਜ਼ਨ ਔਨ ਕਰੋ, ਉਹਦੇ ਉੱਪਰ ਨਵੀਆਂ ਐਡਸ ਆਉਂਦੀਆਂ ਨੇ ਕਿ ਤੁਹਾਡੀ ਅਸੀਂ ਲਾਈਫ ਕਿੱਦਾਂ ਸੁਖੀ ਬਣਾ ਸਕਦੇ ਹਾਂ। ਘਰ ਦਾ ਦਰਵਾਜ਼ਾ ਖੋਲ੍ਹੋ, ਬਾਹਰ ਫਲਾਇਰਸ ਪਏ ਹੁੰਦੇ ਨੇ ਕਿ ਤੁਹਾਡੀ ਲਾਈਫ ਕਿੱਦਾਂ ਹੋਰ ਸੁਖੀ ਹੋ ਸਕਦੀ ਹੈ, ਇਹ ਖਰੀਦੋ, ਉਹ ਖਰੀਦੋ, ਉਹ ਖਰੀਦੋ, ਭਾਵੇਂ ਉਹਦੀ ਜ਼ਰੂਰਤ ਨਹੀਂ ਹੈ। ਉਹਦੇ ਨਾਲ ਕੀ ਹੁੰਦਾ ਹੈ ਕਿ ਜਿੱਦਾਂ ਮੇਰੇ ਕੋਲ ਇੱਕ ਸੈੱਲਫੋਨ ਹੈਗਾ ਆ, ਅੱਜ ਇੱਕ ਨਵਾਂ ਸੈੱਲਫੋਨ ਆ ਗਿਆ ਮਾਰਕੀਟ ਦੇ ਵਿੱਚ, ਕਿਉਂਕਿ ਮੇਰੇ ਦੋਸਤ ਨੇ ਖਰੀਦਿਆ ਔਰ ਮੈਂ ਉਹ ਖਰੀਦ ਨਹੀਂ ਸਕਦਾ ਜਾਂ ਮੈਨੂੰ ਉਹਦੀ ਜ਼ਰੂਰਤ ਨਹੀਂ ਹੋ, ਅਤੇ ਮੈਨੂੰ ਡਿਪਰੈਸ਼ਨ ਹੋ ਗਈ। ਇਹ ਮੈਂ ਟੀਨੇਜਰ ਸੀਗਾ ਸਪੈਸ਼ਲੀ ਦੱਸ ਰਿਹਾ ਵਾ। ਉਹਦੇ ਨਾਲ ਕੀ ਹੁੰਦਾ ਕਿ ਬੰਦਾ ਸੋਚਦਾ ਕਿ ਮੈਂ ਖਰੀਦ ਨਹੀਂ ਸਕਦਾ, ਡਿਪਰੈਸ਼ਨ 'ਚ ਚਲਾ ਗਿਆ। ਰੈਲੇਟਿਵ ਪਾਵਰਟੀ, ਪਾਵਰਟੀ ਅਮੰਗਸਟ ਅਬੰਡੈਂਸ, ਘਰ ਦੇ ਵਿੱਚ ਸਾਰਾ ਕੁਛ ਹੈਗਾ ਆ, ਸੈੱਲਫੋਨ ਵੀ ਹੈਗਾ ਵਾ, ਸਭ ਕੁਛ ਹੈਗਾ ਆ, ਪਰ ਕਿਉਂਕਿ ਕੰਜ਼ਿਊਮਰਿਜ਼ਮ ਦੇ ਕਾਰਨ ਮੈਂ ਆਪਣੇ ਆਪ ਨੂੰ ਗਰੀਬ ਸਮਝ ਰਿਹਾ ਹੈ ਕਿ ਮੇਰੇ ਕੋਲ ਉਹ ਚੀਜ਼ਾਂ ਕਿਉਂ ਨਹੀਂ ਹੈਗੀਆਂ ਜੋ ਟੈਲੀਵਿਜ਼ਨ ਉੱਪਰ ਆ ਰਹੀਆਂ ਨੇ। ਮੈਂ ਉਹ ਜਿਹੜਾ ਕੱਪੜਾ ਜਿਹੜਾ ਕਿ ਇੱਕ ਬ੍ਰਾਂਡ ਨੇਮ ਦਾ ਹੈਗਾ ਵਾ, ਟੈਲੀਵਿਜ਼ਨ ਉੱਪਰ ਮਾਡਲ ਨੇ ਪਾਇਆ ਹੋਇਆ ਵਾ, ਮੈਂ ਉਹ ਨਹੀਂ ਖਰੀਦ ਸਕਦਾ, ਅਤੇ ਉਹਦੇ ਨਾਲ ਮੈਂ ਰੈਲੇਟਿਵ ਪਾਵਰਟੀ ਫੀਲ ਕਰਦਾ ਹਾਂ ਜੀ, ਡਿਪਰੈਸ਼ਨ 'ਚ ਚਲਾ ਗਿਆ। ਅਤੇ ਜੇ ਮੈਂ ਕੰਟੈਂਟਡ ਹੋਵਾਂ ਜੀ ਕਿ ਜੋ ਮੇਰੇ ਕੋਲ ਹੈਗਾ ਆ ਮੈਂ ਖੁਸ਼ ਹਾਂ, ਪਰ ਹਾਂ ਮੈਂ ਹੋਰ ਕੋਸ਼ਿਸ਼ ਕਰਾਂ ਚੰਗੇ ਢੰਗ ਦੇ ਨਾਲ ਪੈਸਾ ਕਮਾਉਣ ਦੀ ਤਾਂ ਕਿ ਮੈਂ ਅੱਗੇ ਵਧਾਂ ਹੋਰ। ਇਸ ਨੂੰ ਗੁਰੂ ਨੇ ਨਹੀਂ ਰੋਕਿਆ, ਪਰ ਜੇ ਮੈਂ ਉਹ ਪੈਸਾ ਕਮਾਉਣ ਦਾ ਢੰਗ ਗਲਤ
ਢੰਗ ਨਾਲ ਅਪਣਾ ਲਵਾਂ ਕਿ ਮੈਂ ਹੋਰ ਪੈਸੇ ਕਮਾਵਾਂ, ਜੇ ਉਹ ਜਿਹੜੀ ਲਾਲਚ ਹੈ ਕਿ ਜਿਹੜੀ ਮੈਂ ਉਹ ਚੀਜ਼ਾਂ ਮੈਂ ਨਹੀਂ ਖਰੀਦੀਆਂ ਹਾਲੇ ਤੱਕ, ਮੈਂ ਖਰੀਦ ਨਹੀਂ ਸਕਦਾ, ਉਹਦੇ ਨਾਲ ਮੈਨੂੰ ਤਕਲੀਫ ਹੋਣੀ ਸ਼ੁਰੂ ਹੋ ਜਾਵੇ, ਮੈਨੂੰ ਰਾਤੀ ਨੀਂਦ ਨਾ ਆਵੇ, ਮੈਂ ਹਮੇਸ਼ਾ ਦੁਖੀ ਰਹਾਂ, ਡਿਪਰੈਸ਼ਨ 'ਚ ਚਲੇ ਜਾਵਾਂ, ਉਹ ਗਲਤ ਹੈ। ਬੜੀ ਇੱਕ ਫਾਈਨ ਲਾਈਨ ਹੈ ਇਹਦੇ ਵਿੱਚ ਜੀ, ਕਿ ਮੇਰੇ ਕੋਲ ਜੋ ਹੈਗਾ ਆ ਮੈਂ ਸੰਤੋਖੀ ਹਾਂ, ਕੰਟੈਂਟੈਂਟ ਵਾ, ਪਰ ਅੱਗੇ ਕੋਸ਼ਿਸ਼ ਕਰਨੀ, ਸਟੈਟਿਕ ਨਹੀਂ ਹੋ, ਮੈਂ ਅੱਗੇ ਕੋਸ਼ਿਸ਼ ਕਰਨੀ ਆ। ਪਰ ਜੋ ਵੈਸਟ ਵਾਲਾ, ਜੋ ਵੈਸਟ ਦੀ ਗੱਲਾਂ ਨੇ, ਉਹਨਾਂ ਬਾਰੇ ਪੰਜਵੇਂ ਪਾਤਸ਼ਾਹ ਨੇ 50 ਅੰਕ ਉੱਪਰ ਬਖਸ਼ਿਸ਼ ਕੀਤੀ ਹੈ, ਕਹਿੰਦੇ ਕਿ ਜਿਉਂ ਕੂਕਰ ਹਰਕਾਇਆ ਤਾਵੇ ਦਹਿ ਦਿਸ ਜਾਏ, ਲੋਭੀ ਜੰਤ ਨਾ ਜਾਣਾ ਹੀ ਪੱਖ ਅਪੱਖ ਸਭ ਖਾਏ, ਹਲਕੇ ਕੁੱਤੇ ਵਾਂਗੂ ਫਿਰ ਘੁੰਮਦਾ ਆ। ਜੋ ਮਿਲ ਗਿਆ ਆਪਾਂ ਜਿਸ ਤਰੀਕੇ ਦੇ ਨਾਲ ਵੀ ਹੋਇਆ, ਲੋਭ ਜੇ ਕਹਿੰਦੇ ਨੇ ਕਿ ਵਿਕਾਸ ਦੇ ਲਈ ਜ਼ਰੂਰੀ ਵੀ ਹੈ, ਲੋਭ ਜਿਹੜਾ ਵਾ ਵਿਕਾਸ ਦੇ ਲਈ ਜ਼ਰੂਰੀ ਹੈ, ਪਰ ਜੇ ਇਸ ਨੂੰ ਠੀਕ ਢੰਗ ਦੇ ਨਾਲ ਅਪਣਾਇਆ ਜਾਵੇ, ਠੀਕ, ਜੇ ਮੈਨੂੰ ਲੋਭ ਹੀ ਨਹੀਂ ਹੋਏਗਾ ਤਾਂ ਮੈਂ ਅੱਗੇ ਵਧਣ ਦੀ ਕੋਸ਼ਿਸ਼ ਨਹੀਂ ਕਰਾਂਗਾ ਜੀ, ਉਹ ਮੈਂ ਫਿਰ ਤਰੀਕੇ ਦੇ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰਾਂ, ਨਾ ਕਿ ਗਲਤ ਤਰੀਕੇ ਦੇ ਨਾਲ। ਜੇ ਮੈਂ ਗਲਤ ਤਰੀਕਾ ਅਪਣਾ ਲਿਆ ਤਾਂ ਉਹ ਲੋਭ ਜਿਹੜਾ ਸੀ ਉਹਦਾ ਪੁੱਠਾ ਅਸਰ ਪੈ ਗਿਆ, ਪਰ ਜੇ ਉਹ ਮੈਂ ਠੀਕ ਢੰਗ ਦੇ ਨਾਲ ਆਪਣਾ ਅੱਗੇ ਵਿਕਾਸ ਕਰਾਂ ਤਾਂ ਉਹ ਲੋਭ ਜਿਹੜਾ ਹੈਗਾ ਵਾ ਉਹ ਮੇਰੇ ਵਾਸਤੇ ਚੰਗਾ ਆ ਜੀ, ਹੈ ਨਾ। ਵਿਕਾਸ ਵੱਲ ਤਾਂ ਸਾਰਾ ਬ੍ਰਹਿਮੰਡ ਜਾ ਰਿਹਾ ਵਾ, ਸੋ ਗੁਰੂ ਸਾਹਿਬਾਂ ਨੇ ਵਿਕਾਸ ਨੂੰ ਤਾਂ ਰੋਕਣ ਨੂੰ ਕਿਹਾ ਹੀ ਨਹੀਂ। ਉਹ ਬ੍ਰਹਿਮੰਡ ਪੂਰੇ ਦਾ ਪਰ ਫੋਰ ਐਗਜ਼ਾਮਪਲ ਇੱਕ ਪੌਦਾ ਆ, ਉਹ ਵਿਕਾਸ 'ਚ ਹੈ, ਪੇੜ ਬਣ ਰਿਹਾ ਹੈ, ਪੇੜ ਦੇ ਵਿੱਚੋਂ ਫੁੱਲ ਲੱਗ ਰਹੇ ਨੇ, ਵਿਕਾਸ ਵਿੱਚ ਹੈ, ਫਲ ਲੱਗ ਰਹੇ ਨੇ, ਵਿਕਾਸ ਵਿੱਚ ਹੈ, ਉਹ 'ਚੋਂ ਬੀਜ ਪੈਦਾ ਹੋ ਰਹੇ ਨੇ, ਬੀਜ ਫਿਰ ਦੁਬਾਰਾ ਫਿਰ ਪੌਦਾ ਬਣ ਰਹੇ ਨੇ, ਐਵਰੀਥਿੰਗ ਇਜ਼ ਵਿਕਾਸ, ਰਾਈਟ। ਗੁਰੂ ਸਾਹਿਬਾਂ ਨੇ ਵਿਕਾਸ ਨੂੰ ਨਹੀਂ ਰੋਕਿਆ, ਪਰ ਗੁਰੂ ਸਾਹਿਬਾਂ ਨੇ ਤ੍ਰਿਸ਼ਨਾ ਦੀ ਜਿਹੜੀ ਵਿਕਾਸ ਹੈ ਉਸ ਨੂੰ ਰੋਕਿਆ ਹੈ ਜੀ। ਅਤੇ ਜਿਹੜੇ ਤ੍ਰਿਸ਼ਨਾ ਦੇ ਵਿੱਚ ਨੇ, ਜਿਹੜੇ ਕਹਿੰਦੇ ਨੇ ਕਿ ਮੈਂ ਹੋਰ ਅਤੇ ਹੋਰ ਅਤੇ ਹੋਰ, ਪੰਜਵੇਂ ਪਾਤਸ਼ਾਹ 278 ਅੰਕ ਉੱਪਰ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਨੇ ਕਿ ਸਹਿਜ ਖਟੇ ਲੱਖ ਕੋ ਉਠਤਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ। ਅੱਜ ਮੈਂ 100 ਕਮਾਇਆ, ਕੱਲ੍ਹ ਮੈਂ ਲੱਖ ਕਮਾਵਾਂ, ਪਰ ਜਲਦੀ ਜਲਦੀ ਕਮਾਵਾਂ, ਤ੍ਰਿਪਤੀ ਨਹੀਂ ਹੈ। ਅਨੇਕ ਭੋਗ ਵਿਖਿਆ ਕੇ ਕਰੇ ਨਹਿ ਤ੍ਰਿਪਤਾਵੇ, ਖੱਪ ਖੱਪ ਮਰੇ। ਕਿ ਮੈਂ ਜੋ ਟੀ ਵੀ ਉੱਪਰ ਦੇਖਿਆ ਮੈਂ ਖਰੀਦਾਂ ਜਲਦੀ ਤੋਂ ਜਲਦੀ, ਬੁਰਾ ਹਾਲ ਹੋਇਆ ਆ। ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੇ, ਠੀਕ। ਤੀਜੇ ਪਾਤਸ਼ਾਹ 649 ਅੰਕ ਉੱਪਰ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਨੇ ਕਿ ਕਿਆ ਗੱਭਰੂ ਕਿਆ ਬਿਰਧ ਹੈ। ਇਹ ਨਹੀਂ ਕਿ ਸਿਰਫ ਇਹ ਯੰਗਸਟਰ ਦੀ ਪ੍ਰੋਬਲਮ ਆ, ਹਰੇਕ ਦੀ ਗੁਰੂ ਸਾਹਿਬ ਕਹਿੰਦੇ ਨੇ ਕਿਆ ਗੱਭਰੂ ਕਿਆ ਬਿਰਧ ਹੈ, ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਜੀ। ਗੁਰਮੁਖ ਸ਼ਬਦੇ ਰਤਿਆਂ ਸ਼ੀਤਲ ਹੋਏ ਆਪ ਗਵਾਏ, ਕਹਿੰਦਾ ਇਹਨੂੰ ਤਾਂ ਫਿਰ ਆਪਣੇ ਆਪ ਨੂੰ ਗਵਾ ਕੇ ਕਰਨਾ ਪੈਂਦਾ ਆ। ਅੰਦਰ ਤ੍ਰਿਪਤ ਸੰਤੋਖਿਆ ਫਿਰ ਭੁੱਖ ਨਾ ਲੱਗਿਆ, ਜਦੋਂ ਮੈਂ ਅੰਦਰੋਂ ਮੈਂ ਤ੍ਰਿਪਤ ਹੋ ਗਿਆ ਫਿਰ ਮੈਨੂੰ ਕਿਸੇ ਚੀਜ਼ ਦੀ ਭੁੱਖ ਨਹੀਂ ਹੋ ਜੀ। ਨਾਨਕ ਜੇ ਗੁਰਮੁਖ ਕਰੇ ਸੋ ਪ੍ਰਵਾਨ ਹੈ, ਜੋ ਨਾਮ ਰਹੇ ਲਿਵ ਲਾਏ, ਜੋ ਰੱਬ ਨੇ ਦੇ ਦਿੱਤਾ ਮੈਂ ਉਹ 'ਚ ਖੁਸ਼ ਹਾਂ, ਪਰ ਅੱਗੇ ਵਿਕਾਸ ਦੀ ਕੋਸ਼ਿਸ਼ ਕਰ ਰਿਹਾ ਵਾਂ। 83 ਮਹਿਲਾ 5 682 ਅੰਕ ਉੱਪਰ ਕਹਿੰਦੇ ਕਿ ਤ੍ਰਿਸ਼ਨਾ ਬੁੱਝੇ ਹਰ ਕੈ ਨਾਮ, ਜੇ ਮੈਂ ਉਹਦੇ ਕੋਲ ਉਪਦੇਸ਼ ਲਵਾਂ ਤਾਂ ਹੀ ਮੇਰੀ ਤ੍ਰਿਸ਼ਨਾ ਬੁੱਝੇਗੀ। ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉਂ ਲਾਗੇ ਪੂਰਨ ਧਿਆਨ ਜੀ। ਮਹਾਂ ਸੰਤੋਖ ਹੈ ਜਦੋਂ ਮੈਂ ਗੁਰੂ ਦੀ ਸ਼ਿਕਸ਼ਾ ਲਈ। 10 ਅੰਕ ਉੱਪਰ ਪਹਿਲੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਕਿ ਸਤ ਸੰਤੋਖ ਰਹੋ ਜਨ ਭਾਈ, ਇਹ ਉਹਨਾਂ ਦਾ ਉਪਦੇਸ਼ ਹੈ। ਖੀਮਾ ਗਹੋ ਸਤਿਗੁਰ ਸ਼ਰਨਾਈ, ਆਤਮ ਚੀਨ ਪਰਮਾਤਮ ਚੀਨੋ, ਗੁਰ ਸੰਗਤ ਇਹ ਨਿਸਤਾਰਾ ਹੈ। ਅਤੇ ਜਦੋਂ ਬੰਦਾ ਸੰਤੋਖ 'ਚ ਆ ਜਾਵੇ, ਪੰਜਵੇਂ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ 106 ਅੰਕ ਉੱਪਰ, ਕਹਿੰਦੇ ਕਿ ਪ੍ਰਭ ਮਿਲਣੇ ਕੀ ਇਹ ਨਿਸ਼ਾਨੀ, ਕਿਹੜੀ ਨਿਸ਼ਾਨੀ ਹੈ। ਮਨ ਏਕੋ ਸੱਚਾ ਹੁਕਮ ਪਛਾਣੀ, ਮਨ ਇੱਕੋ ਸੱਚੇ ਦਾ ਹੁਕਮ, ਉਹਦੇ ਨਾਲ ਫਿਰ ਕੀ ਹੋਇਆ, ਕੀ ਹੈ ਉਹ ਅਸਲੀ ਨਿਸ਼ਾਨੀ। ਸਹਿਜ ਸੰਤੋਖ ਸਦਾ ਤ੍ਰਿਪਤਾਸੈ, ਆਨੰਦ ਕਸਮ ਕੇ ਪਾਣੇ ਜੀਓ। ਜਿਹੜੇ ਬੰਦੇ ਨੂੰ ਸਹਿਜ ਸੰਤੋਖ ਆ ਗਿਆ, ਤ੍ਰਿਸ਼ਨਾ ਨਹੀਂ ਰਹੀ, ਪ੍ਰਭ ਮਿਲਣੇ ਕੀ ਇਹ ਨਿਸ਼ਾਨੀ, ਕਿ ਉਹਨੂੰ ਪ੍ਰਭੂ ਮਿਲ ਗਿਆ। ਪਹਿਲੇ ਪਾਤਸ਼ਾਹ 62 ਅੰਕ ਉੱਪਰ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਨੇ ਕਿ ਸਾਧੂ ਮਿਲੇ ਸਾਧੂ ਜਨੈ, ਸੰਤੋਖ ਵਸੈ ਗੁਰ ਪਾਏ, ਠੀਕ। ਅਤੇ ਜੇ ਮੈਂ ਸਾਧੂ ਨੂੰ ਨਹੀਂ ਮਿਲਿਆ, ਜੇ ਮੈਂ ਐਸੇ ਬੰਦੇ ਨੂੰ ਮਿਲਿਆ ਜੋ
ਖੁਦ ਲਾਲਚ 'ਚ ਲੋਭ 'ਚ ਫਸਿਆ ਹੋਇਆ ਵਾ ਤਾਂ ਉਹਨੇ ਫਿਰ ਮੈਨੂੰ ਵੀ ਉਸੇ ਪਾਸੇ ਤੁਰਨਾ ਆ। ਐਂਡ ਇਹੀ ਗੱਲ ਅੱਜ ਅਸੀਂ ਦੇਖ ਰਹੇ ਹਾਂ ਕਿ ਕਿਸ ਤਰੀਕੇ ਨਾਲ ਅੱਜ ਸਾਡੇ ਸਾਧ ਜਿਹੜੇ ਹੈਗੇ ਨੇ ਅਤੇ ਹੋਰ ਬਹੁਤ ਸਾਰੀ ਕੌਮ ਦੇ ਵਿੱਚ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਉਹਦੇ ਨਾਲ ਕਿ ਇਸ ਗੁਰੂ ਦਾ ਸਿਧਾਂਤ ਜੋ ਸੀ ਅਸੀਂ ਵੀ ਉਸ ਤ੍ਰਿਸ਼ਨਾ ਦੀ ਅੱਗ ਵਿੱਚ ਸੜ ਕੇ ਹੋਰ ਐਸੀ ਚੀਜ਼ਾਂ 'ਚ ਪੈ ਰਹੇ ਹਾਂ ਜਿੱਥੋਂ ਕਿ ਗੁਰੂ ਨੇ ਸਾਨੂੰ ਵਰਜਿਤ ਕੀਤਾ। ਸਮਾਂ ਇੱਕ ਬ੍ਰੇਕ ਦਾ ਜੀ, ਬ੍ਰੇਕ ਲੈ ਕੇ ਵਾਪਸ ਆ ਕੇ ਅੱਗੇ ਗੁਰੂ ਸਾਹਿਬ ਕੀ ਕਹਿ ਰਹੇ ਨੇ ਜਾਣਕਾਰੀ ਲੈਣੇ। ਘਰ ਨੂੰ ਅੰਦਰੋਂ ਤਾਂ ਚੰਗੇ ਤਰੀਕੇ ਨਾਲ ਸੋਨਾ ਬਣਾ ਲਿਆ ਹੈ ਪਰ ਬਾਹਰ ਦੀ ਦੇਖ ਨੂੰ ਵਧੀਆ ਬਣਾਉਣ ਲਈ ਚਿੰਤਤ ਹੋ ਤਾਂ ਆਓ ਪੈਸੀਫਿਕ ਆਰਟ ਸਟੋਨ ਤੇ, ਜਿੱਥੇ ਤੁਹਾਨੂੰ ਰੇਲ ਸਟੋਨ, ਮੈਨੂਫੈਕਚਰਡ ਸਟੋਨ ਵਿਨੀਅਰ, ਲਾਈਮ ਸਟੋਨ, ਗ੍ਰੈਨਾਈਟ, ਮਾਰਬਲ ਆਦਿ ਦੀ ਵਧੀਆ ਕਲੈਕਸ਼ਨ ਲੈਣ ਨੂੰ ਮਿਲੇਗੀ। 2006 ਤੋਂ ਇਹ ਹਾਈ ਕੁਆਲਿਟੀ ਦੇ ਪ੍ਰੋਡਕਟਸ ਤੇ ਵਧੀਆ ਕਸਟਮਰ ਸਰਵਿਸ ਲਈ ਮਸ਼ਹੂਰ ਹਨ। ਇਹ ਨੈਚੁਰਲ ਤੇ ਮੈਨੂਫੈਕਚਰਡ ਸਟੋਨ ਵਿਨੀਅਰ ਦੇ ਨਾਮਵਰ ਮੈਨੂਫੈਕਚਰ ਤੇ ਇੰਪੋਰਟਰ ਹਨ। ਐਕਸਟੀਰੀਅਰ ਫਲੋਰਿੰਗ, ਡੈਕਸ, ਪੌੜੀਆਂ ਦੀ ਵੀ ਕਲੈਕਸ਼ਨ ਰੱਖਦੇ ਹਨ। ਅੱਜ ਹੀ ਆਓ 8585123 ਸਟ੍ਰੀਟ ਸਰੀ, 6045905999। ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਸੈਗਮੈਂਟ ਵਿੱਚ। ਡਾਕਟਰ ਕਾਲਾ ਸਿੰਘ ਜੀ ਸਾਂਝ ਪਾ ਰਹੇ ਨੇ ਅਤੇ ਦੱਸ ਰਹੇ ਨੇ ਕਿ ਸੰਤੋਖੀ ਹੋਣਾ ਕਿਉਂ ਜ਼ਰੂਰੀ ਹੈ, ਗੁਰੂ ਸਾਹਿਬ ਇਸ ਦੀਆਂ ਕੀ ਬਰਕਤਾਂ ਦੱਸ ਰਹੇ ਨੇ। ਜਿੱਥੇ ਅੱਜ ਅਸੀਂ ਦੇਖ ਰਹੇ ਹਾਂ ਕਿ ਸਮਾਜ ਵਿੱਚ ਬਹੁਤ ਸਾਰੀ ਉਲਝਣਾਂ 'ਚ ਅਸੀਂ ਫਸੇ ਪਏ ਹਾਂ, ਉਸਦਾ ਮੁੱਖ ਕਾਰਨ ਇਹੀ ਹੈਗਾ ਕਿ ਅਸੀਂ ਸੰਤੋਖੀ ਨਹੀਂ ਰਹਿ ਗਏ, ਅਸੀਂ ਹੋਰ ਦੀ ਹੋਰ ਉਸ ਚਾਹ ਦੇ ਵਿੱਚ ਸਭ ਕੁਝ ਆਪਣੇ ਪ੍ਰਿੰਸੀਪਲਸ, ਆਪਣੀ ਵੈਲਿਊਜ਼ ਨੂੰ ਪਛਾੜ ਕੇ ਉਹਨਾਂ ਚੀਜ਼ਾਂ ਦੇ ਪਿੱਛੇ ਭੱਜ ਰਹੇ ਹਾਂ। ਪਰ ਗੁਰੂ ਕੀ ਕਹਿ ਰਹੇ ਨੇ, ਗੁਰੂ ਦੀ ਇਸ ਗੱਲ ਨੂੰ ਕਿਉਂ ਸਾਨੂੰ ਫੜਨ ਦੀ ਲੋੜ ਹੈ, ਆਹ ਹੋਰ ਜਾਣਕਾਰੀ ਲੈਣੇ ਜੀ ਡਾਕਟਰ ਸਾਹਿਬ। ਹਾਂਜੀ, ਪਹਿਲੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਬਾਠ ਅੰਕੁਰ ਉੱਪਰ ਅਸੀਂ ਗੱਲ ਕਰ ਰਹੇ ਸੀਗੇ ਕਿ ਸਾਧ ਮਿਲੇ ਸਾਧੂ ਜਨੈ ਜੀ, ਸੰਤੋਖ ਵਸੇ ਗੁਰ ਪਾਏ। ਠੀਕ, ਅਸੀਂ ਜਿੱਥੇ ਹੁਣ ਸਾਧੂ ਦੀ ਗੱਲ ਕਰ ਰਹੇ ਹਾਂ ਉਹ ਢਿੱਡ ਸਾਧੂ ਨੇ ਜਿਹੜੇ ਏਰੀਆ 'ਚ ਪਿੰਡ ਪਿੰਡ 'ਚ ਬੈਠੇ ਹੋਏ ਨੇ, ਇਹ ਜਿਹੜੇ ਮਨੋ ਸਾਧੂ ਨੇ। ਅਕਥ ਕਥਾ ਵਿਚਾਰੀ ਹੈ ਜੇ ਸਤਿਗੁਰੂ ਮਹਾਂ ਸਮਾਏ, ਪੀ ਅੰਮ੍ਰਿਤ ਸੰਤੋਖੀਆ ਦਰਗਹਿ ਪੈਂਦਾ ਜਾਏ। ਪੀ ਅੰਮ੍ਰਿਤ, ਜਿੱਥੇ ਤੇ ਇਹ ਅੰਮ੍ਰਿਤ ਪੀਣ ਨੂੰ ਇਹ ਉਹ ਅੰਮ੍ਰਿਤ ਨਹੀਂ ਕਿਹਾ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਛਕਾਇਆ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪੌੜ ਛਕਾਈ ਹੈ, ਅੰਮ੍ਰਿਤ ਨਹੀਂ ਜੀ। ਇਹ ਜਿਹੜਾ ਅੰਮ੍ਰਿਤ ਹੈ ਇਹਦੇ ਬਾਰੇ 1238 ਅੰਕੁਰ ਉੱਪਰ ਦੂਜੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ ਕਿ ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ। ਠੀਕ, ਉਹ ਕੀ ਹੈ, ਨਾਨਕ ਅੰਮ੍ਰਿਤ ਮਨੇ ਮਹਾਏ ਪਾਈਏ ਗੁਰ ਪ੍ਰਸ਼ਾਦ। ਇਹ ਸਾਡੇ ਅੰਦਰ ਹੀ ਹੈ, ਸਾਡੇ ਅੰਦਰ ਕੀ ਹੈ, ਘੱਟ ਘੱਟ ਮਿਹਰ ਜੂ ਬਸੇ ਸੰਤਨ ਕਿਹੋ ਪੁਕਾਰ, ਸਾਡੇ ਅੰਦਰ ਰੱਬ ਹੈ, ਅਸੀਂ ਉਸ ਨੂੰ ਪਛਾਣਨਾ ਵਾ। ਇੱਥੇ ਇੱਥੇ ਉਸ ਅੰਮ੍ਰਿਤ ਦੀ ਗੱਲ ਕੀਤੀ ਹੈ ਜੀ। 1009 ਅੰਕ ਉੱਪਰ ਪਹਿਲੇ ਪਾਸੇ ਬਖਸ਼ਿਸ਼ ਕਰ ਰਹੇ ਨੇ ਕਿ ਸਾਚੀ ਸੰਗਤ ਥਾਨ ਸੱਚ ਸੱਚੇ ਕਾਰੋਬਾਰ ਆ। ਸੰਗਤ ਵੀ ਸੱਚੀ ਹੋਵੇ, ਜਗ੍ਹਾ ਵੀ ਸੱਚੀ ਹੋਵੇ, ਜਿੱਥੇ ਬੈਠ ਕੇ ਗੱਲ ਕਰਨੀ ਆ, ਮਤਲਬ ਕਿ ਚੰਗੀ ਜਗ੍ਹਾ 'ਤੇ ਬੈਠ ਕੇ। ਸੱਚਾ ਭੋਜਨ ਭਾਉ ਸੱਚ, ਸੱਚ ਨਾਮ ਅਧਾਰਾ, ਸੱਚੀ ਬਾਣੀ ਸੰਤੋਖਿਆ, ਸੱਚਾ ਸ਼ਬਦ ਵਿਚਾਰਾ। ਜਿਹੜੇ ਬੰਦੇ ਨੇ ਸੱਚੀ ਸੰਗਤੀ ਕੀਤੀ, ਸੱਚੇ ਸ਼ਬਦ ਦੀ ਵਿਚਾਰ ਕੀਤੀ, ਉਹਨੂੰ ਸੰਤੋਖ ਪ੍ਰਾਪਤ ਹੋਇਆ ਜੀ। ਪਹਿਲੇ ਪਾਤਸ਼ਾਹ 1019 ਅੰਕ ਉੱਪਰ ਕਹਿੰਦੇ ਨੇ ਕਿ ਜੀਵਨ ਸਫਲ ਜੀਵਨ ਸੁਣ, ਹਰ ਜਪ ਜਪ ਸਦ ਜੀਵਨਾ ਰਹਾਓ, ਪੀਵਨਾ ਜਿਤ ਮਨ ਆਘਾਵੈ, ਨਾਮ ਅੰਮ੍ਰਿਤ ਰਸ ਪੀਵਨਾ। ਅਸੀਂ ਅੰਮ੍ਰਿਤ ਦੀ ਗੱਲ ਕਰ ਚੁੱਕੇ ਹਾਂ ਕਿ ਕੀ ਹੈ ਜੀ। ਖਾਵਨਾ ਜਿਤ ਭੁੱਖ ਨਾ ਲਾਗੇ, ਕਿ ਸੰਤੋਖ ਸਦਾ ਤ੍ਰਿਪਤੀਵਨਾ। ਸਾਨੂੰ ਹਰ ਚੀਜ਼ ਦੇ ਵਿੱਚ ਆਪਣੇ ਵਿੱਚ ਸੰਤੋਖ। 142 ਅੰਕ ਉੱਪਰ ਪਹਿਲੇ ਪਾਤਸ਼ਾਹ ਬਖਸ਼ਿਸ਼ ਕਰ ਰਹੇ ਨੇ, ਕਹਿੰਦੇ ਨੇ ਕਿ ਕਿਆ ਖਾਦੈ ਕਿਆ ਪਹਿਨਦੇ ਹੋਏ, ਜਾ ਮਨ ਨਾਹੀਂ ਸੱਚਾ ਸੋਏ ਜੀ। ਕਿਆ ਮੇਵਾ ਕਿਆ ਘੋੜ ਗੁੜ, ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀ ਜੇ ਭੋਗ ਵਿਲਾਸ ਜੀ। ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੇ ਮਹਿਲੀ ਵਾਸ, ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਣਾਸ। ਕਹਿੰਦਾ ਭਾਵੇਂ ਜੋ ਮਰਜ਼ੀ ਖਾ ਲਵੋ, ਮੇਵੇ ਘਿਓ ਗੁੜ ਮਾਸ, ਚੰਗੇ ਭੋਜਨ ਹੋਣ, ਚੰਗੀ ਸੇਜ ਹੋਵੇ, ਚੰਗੇ ਕਾਰੋਬਾਰ ਹੋਣ, ਕਹਿੰਦੇ ਪਰ ਜੇ ਸੰਤੋਖ ਨਹੀਂ ਹੈਗਾ ਉਹ ਰੱਬ ਦਾ ਕੋਈ ਫਾਇਦਾ ਨਹੀਂ। ਸੋ ਬੇਸਿਕਲੀ ਤਾਂ ਗੱਲ ਹੋਈ, ਸੰਤੋਖੀ ਹੋਣ ਦਾ ਮਤਲਬ ਹੈ ਕਿ ਹਮੇਸ਼ਾ ਹੀ ਉਸਦੇ ਸ਼ੁਕਰਾਨੇ ਵਿੱਚ ਰਹਿਣਾ, ਉਹਦੇ ਸ਼ੁਕਰਾਨੇ ਰਜ਼ਾ ਵਿੱਚ ਰਹਿਣਾ, ਉਸਦੀ ਜੋ ਕੁਛ ਹੈ
ਉਸਦਾ ਕੰਪਲੇਨ ਨਹੀਂ ਕਰਨੀ, ਕੰਪਲੇਨਿੰਗ ਐਟੀਟਿਊਡ ਤੋਂ ਨਿਕਲ ਕੇ ਗ੍ਰੈਟੀਟਿਊਡ ਦੇ ਭਾਵ ਗ੍ਰੈਟੀਟਿਊਡ ਦੇ ਭਾਵ 'ਤੇ ਠੀਕ। ਹਾਂਜੀ, ਹੁਣ ਇਸੇ ਚੀਜ਼ ਨੂੰ ਅੱਗੇ ਗੁਰੂ ਸਾਹਿਬ ਨੇ ਤੋੜਿਆ ਵਾ 648 ਅੰਕੁਰ ਪਰ ਪੌੜੀ, ਕਹਿੰਦਾ ਤਿੰਨ ਕਾ ਖਿਆਦਾ ਪੈਂਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਪਹਿਲਾਂ ਇੱਕ ਪਿਛਲੇ ਛੇ ਕੁਛ ਹੋਗਾ ਵੀ ਇਹਦਾ ਕੀ ਫਾਇਦਾ, ਕਹਿੰਦੇ ਕਿ ਤਿੰਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ। ਠੀਕ। ਤਿੰਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ, ਸਭ ਕੁਛ ਜਿਹਨੇ ਗੁਰਮੁਖ ਸੇਵਕ ਸਿੱਖ ਅਭਿਆਗਤ ਜਾਏ ਵਰਸਾਤੇ, ਜਿਹੜੀ ਤੁਸੀਂ ਗੱਲ ਕੀਤੀ ਆ ਠੀਕ ਉਹਦਾ ਗ੍ਰੈਚੀਟਿਊਡ 'ਚ। ਤਿੰਨ ਕੇ ਤੁਰੇ ਜੀਰ ਜੀਨ ਖੁਰਗੀਰ ਸਭ ਪਵਿੱਤ ਹੈ, ਜਿਹਨੇ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ ਜੀ। ਤਿੰਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ, ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ, ਜਿਨ ਕੇ ਪੋਤੇ ਪੁੰਨ ਹੈ ਸੇ ਗੁਰਮੁਖ ਗੁਰ ਪਹਿ ਜਾਤੇ। ਜਿਹੜੀ ਤੁਸੀਂ ਗੱਲ ਕੀਤੀ ਆ ਉਹ ਗੁਰੂ ਸਾਹਿਬਾਂ ਨੇ, ਇਸੇ ਵਾਸਤੇ ਗੁਰੂ ਸਾਹਿਬਾਂ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਕਹਿੰਦੇ ਕਿ ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੇ ਦੁੱਖ ਦੇਹੇ ਨਾਮ ਸੰਤੋਖੀਆ ਉੱਤਰੇ ਮਨ ਕੀ ਭੁੱਖ। ਠੀਕ। ਇਹ ਗੁਰੂ ਸਾਹਿਬਾਂ ਨੇ ਕਿਹਾ ਕਿ ਜਦ ਤੱਕ ਅਸੀਂ ਸਾਡੇ ਵਿੱਚ ਸਬਰ ਸੰਤੋਖ ਨਹੀਂ ਹੈ ਜੀ, ਤਦ ਤੱਕ ਸਾਨੂੰ ਜੋ ਮਰਜ਼ੀ ਅਸੀਂ ਮੰਗੀ ਜਾਈਏ ਸਾਡੇ ਮਨ ਦੀ ਭੁੱਖ ਖਤਮ ਨਹੀਂ ਹੋਣੀ ਜੀ। ਔਰ ਇਹਦੇ ਨਾਲ ਗੁਰੂ ਸਾਹਿਬਾਂ ਨੇ ਸਬਰ ਦੀ ਗੱਲ ਕੀਤੀ ਹੈ। ਪਹਿਲੇ ਪਾਤਸ਼ਾਹ 83 ਅੰਕ ਉੱਪਰ ਬਖਸ਼ਿਸ਼ ਕਰ ਰਹੇ ਨੇ ਕਿ ਸਿੱਧਕ ਸਬੂਰੀ ਸਾਦਿਕਾ ਸਬਰ ਤੋਸਾ ਮਲਾਇਕਾ ਦੀਦਾਰ ਪੂਰੇ ਪਾਏ ਸਾ ਥਾਉ ਨਾਹੀਂ ਖਾਏਗਾ। ਕਹਿੰਦਾ ਸਿਦਕੀਆਂ ਕੋਲ ਭਰੋਸੇ ਅਤੇ ਸ਼ੁਕਰ ਦੀ ਅਤੇ ਗੁਰਮੁਖਾਂ ਪਾਸ ਸਬਰ ਸੰਤੋਖ ਦੀ ਰਾਸ ਹੁੰਦੀ ਆ। ਠੀਕ। ਇਸ ਕਰਕੇ ਉਹ ਪੂਰੇ ਪ੍ਰਭੂ ਦੇ ਦਰਸ਼ਨ ਹਮੇਸ਼ਾ ਹੀ ਕਰਦੇ ਨੇ, ਪਰ ਨਿਰੀਆਂ ਗੱਲਾਂ ਕਰਨ ਵਾਲੇ ਉਹਨਾਂ ਨੂੰ ਕਿਤੇ ਵੀ ਥਾਂ ਨਹੀਂ ਮਿਲਦੀ, ਉਹਨਾਂ ਨੂੰ ਕਿਤੇ ਵੀ ਆਰਾਮ ਨਹੀਂ ਮਿਲਦਾ, ਕਿਤੇ ਵੀ ਚੈਨ ਨਹੀਂ ਮਿਲਦਾ। ਬਾਬਾ ਫਰੀਦ ਜੀ ਦਾ ਸ਼ਬਦ ਹੈ 1384 ਅੰਕ ਉੱਪਰ, ਕਹਿੰਦੇ ਨੇ ਸਬਰ ਮੰਜ ਕਮਾਣ ਇਹ ਸਬਰ ਕਾ ਨੀਹਣੋ, ਸਬਰ ਸੰਦਾ ਥਾਣ ਖਾਲਕ ਖਤਾ ਨਾ ਕਰੀ ਜੀ। ਦਾ ਜੇ ਮਨ ਵਿੱਚ ਸਬਰ ਦੀ ਕਮਾਨ ਹੋਵੇ, ਸਬਰ ਹੀ ਕਮਾਣ ਦਾ ਚਿੱਲਾ ਹੋਵੇ, ਸਬਰ ਦਾ ਹੀ ਤੀਰ ਹੋਵੇ, ਤਾਂ ਪਰਮਾਤਮਾ ਇਸਦਾ ਨਿਸ਼ਾਨਾ ਕਦੇ ਖੁੰਝਣ ਨਹੀਂ ਦਿੰਦਾ। ਸਬਰ ਅੰਦਰ ਸਾਬਰੀ ਤਨ ਏਵੇ ਜਾਲਾ ਨੇਹੇ, ਹੋਣ ਨਜ਼ਦੀਕੀ ਖੁਦਾਏ ਦੇ ਭੇਤ ਨਾ ਕਿਸੇ ਦੇਣ। ਕਹਿੰਦਾ ਸਬਰ ਵਾਲੇ ਬੰਦੇ ਸਬਰ ਵਿੱਚ ਰਹਿ ਕੇ ਇਸੇ ਤਰ੍ਹਾਂ ਸਦਾ ਸਬਰ ਵਿੱਚ ਹੀ ਬੰਦਗੀ ਦੀ ਘਾਲ ਘਾਲਦੇ ਰਹਿੰਦੇ ਨੇ। ਉਹ ਇਸ ਤਰ੍ਹਾਂ ਰੱਬ ਦੇ ਨੇੜੇ ਅਤੇ ਨੇੜੇ ਅਤੇ ਨੇੜੇ ਹੀ ਹੁੰਦੇ ਜਾਂਦੇ ਨੇ ਜੀ, ਅਤੇ ਕਿਸੇ ਨੂੰ ਆਪਣੇ ਦਿਲ ਦਾ ਉਹ ਭੇਦ ਵੀ ਨਹੀਂ ਦੱਸਦੇ। ਸਬਰ ਇਹ ਸੁਭਾਓ ਜੇ ਤੂੰ ਬੰਦਾ ਦਿੜ ਕਰੇ ਹੈ, ਵੱਧ ਥੀ ਵਹਿ ਦਰਿਆਓ ਟੂਟ ਨਾ ਥੀ ਵੇ ਵਾਹੜਾ। ਕਹਿੰਦਾ ਸਬਰ ਹੀ ਜ਼ਿੰਦਗੀ ਦਾ ਅਸਲ ਨਿਸ਼ਾਨਾ, ਅਤੇ ਜੇ ਤੂੰ ਸਬਰ ਨੂੰ ਹਿਰਦੇ ਵਿੱਚ ਪੱਕਾ ਕਰ ਲਏ ਤਾਂ ਤੂੰ ਵੱਧ ਕੇ ਦਰਿਆ ਹੋ ਜਾਏਗਾ, ਅਤੇ ਘੱਟ ਕੇ ਨਿੱਕਾ ਜਿਹਾ ਵਹਿਣ ਨਹੀਂ ਬਣੇਗਾ ਜੀ। ਮਨ ਨੂੰ ਦਰਿਆ ਬਣਾਉਣਾ ਆ, ਛੋਟਾ ਜਿਹਾ ਵਹਿਣ ਨਹੀਂ ਬਣਾਉਣਾ। ਇਹਦਾ ਭਾਵ ਇਹ ਹੈ ਇਹਦਾ ਕਿ ਸਬਰ ਵਾਲਾ ਜੀਵਨ ਬਣਾਇਆ ਜਿਹੜਾ ਹੈ ਉਹ ਇਨਸਾਨ ਦਾ ਦਿਲ ਵੱਧ ਕੇ ਦਰਿਆ ਵਾਂਗ ਹੋ ਜਾਂਦਾ ਆ ਜੀ, ਔਰ ਉਸ ਦਿਲ ਦੇ ਵਿੱਚ ਸਾਰੇ ਜਗਤ ਵਾਸਤੇ ਪਿਆਰ ਹੀ ਪਿਆਰ, ਉਹ ਜਿਹਦੇ ਵਿੱਚ ਇਹ ਚੀਜ਼ ਨਹੀਂ ਉਹ ਸਬਰ ਸੰਤੋਖ, ਉਹ ਤੰਗ ਦਿਲੀ ਦਾ ਆ। ਠੀਕ। ਉਹ ਕਦੇ ਨਾ ਕਿਸੇ ਦਾ ਕੁਛ ਸਵਾਰ ਸਕਦਾ ਆ ਅਤੇ ਨਾ ਕਿਸੇ ਦਾ ਕੁਛ ਉਹ ਹੈਲਪ ਕਰ ਸਕਦਾ ਆ। ਇਸ ਵਾਸਤੇ ਗੁਰੂ ਸਾਹਿਬਾਂ ਨੇ ਸਾਨੂੰ ਸਬਰ ਔਰ ਸੰਤੋਖ ਇਹ ਦੋ ਚੀਜ਼ਾਂ ਦੇ ਬਾਰੇ ਸਾਨੂੰ ਦ੍ਰਿੜ ਕਰਵਾਇਆ ਵਾ ਕਿ ਜਦ ਤੱਕ ਸੰਤੋਖ ਨਹੀਂ ਹੈ ਇਸ ਚੀਜ਼ ਨੂੰ, ਜੋ ਵੈਸਟ ਦੇ ਵਿੱਚ ਜਿਹੜਾ ਇਹ ਹੈ ਕਿ ਜਿਹੜੇ ਜੇ ਤੁਸੀਂ ਕੰਟੈਂਟਮੈਂਟ ਆ ਗਈ, ਸਬਰ ਆ ਗਿਆ, ਸੰਤੋਖ ਆ ਗਿਆ ਅਤੇ ਜੀਵਨ ਜਿਹੜਾ ਵਾ ਉਹ ਸਟੈਟਿਕ ਹੋ ਗਿਆ, ਉਸ ਨੂੰ ਉਹ ਗੁਰੂ ਸਾਹਿਬਾਂ ਨੇ ਅੱਜ ਤੋਂ 550 ਸਾਲ ਪਹਿਲਾਂ ਹੀ ਉਹਦਾ ਜਵਾਬ ਦੇ ਦਿੱਤਾ ਕਿ ਨਹੀਂ, ਇਹਦੇ ਨਾਲ ਸਟੈਟਿਕ ਨਹੀਂ ਹੈ। ਦੁਨੀਆਂ ਚਾਰੋਂ ਪਾਸੇ ਵਿਕਾਸ ਹੋ ਰਿਹਾ ਵਾ, ਸਭ ਪਾਸੇ ਹੋ ਰਿਹਾ ਵਾ,
ਪਰ ਸੰਤੋਖ ਉਸ ਤਰੀਕੇ ਨਾਲ ਚਾਹੀਦਾ ਵਾ ਕਿ ਜੋ ਮੇਰੇ ਕੋਲ ਹੈਗਾ ਆ ਮੈਂ ਸੰਤੋਖ ਵਿੱਚ ਰਹਾਂ, ਪਰ ਅੱਗੇ ਵਧਣ ਦੀ ਮੈਂ ਕੋਸ਼ਿਸ਼ ਕਰਾਂ, ਔਰ ਉਹ ਇਸ ਤਰੀਕੇ ਨਾਲ ਵਧਣ ਦੀ ਕੋਸ਼ਿਸ਼ ਕਰਾਂ ਕਿ ਮੈਂ ਗਲਤ ਢੰਗ ਦੇ ਨਾਲ ਪੈਸੇ ਕਮਾਉਣ ਦੀ ਕੋਸ਼ਿਸ਼ ਨਾ ਕਰਾਂ, ਔਰ ਮੈਂ ਇੱਦਾਂ ਲਾਲਚ ਵਿੱਚ ਨਾ ਫਸਾਂ ਕਿ ਮੈਂ ਦੂਸਰੇ ਦੇ ਨੂੰ ਦੇਖ ਕੇ ਜੈਲਸ ਹੋ ਕੇ ਆਪਣੀ ਜ਼ਿੰਦਗੀ ਖਰਾਬ ਕਰ ਲਵਾਂ, ਔਰ ਕੰਜ਼ਿਊਮਰਿਜ਼ਮ ਦੇ ਵਿੱਚ ਆ ਕੇ ਮੈਂ ਡਿਪਰੈਸ਼ਨ ਦੇ ਵਿੱਚ ਨਾ ਚਲਾ ਜਾਵਾਂ। ਪਰ ਮੈਂ ਅਗਰ ਇੱਕ ਛੋਟਾ ਜਿਹਾ ਸੈੱਲਫੋਨ ਮੇਰੇ ਕੋਲ ਹੈਗਾ ਆ ਔਰ ਮੈਂ ਉਹਦੇ ਨਾਲ ਮੇਰਾ ਉਹਦੇ ਨਾਲ ਕੰਮ ਚੱਲਦਾ ਪਿਆ ਵਾ, ਰਾਈਟ, ਅਤੇ ਮੈਂ ਉਹਦੇ ਨਾਲ ਖੁਸ਼ ਰਹਾਂ, ਪਰ ਕੋਸ਼ਿਸ਼ ਕਰਾਂ ਕਿ ਮੈਂ ਅੱਗੇ ਵਧਣ ਦੀ, ਕਿ ਮੈਂ ਹੋਰ ਪੈਸੇ ਕਮਾਵਾਂ ਸੋਚੇ ਠੀਕ ਢੰਗ ਦੇ ਨਾਲ, ਤਾਂ ਕਿ ਮੈਂ ਅੱਗੇ ਹੋਰ ਵੱਧ ਸਕਾਂ। ਤੁਸੀਂ ਸਹੀ ਕਿਹਾ ਕਿ ਡਾਕਟਰ ਸਾਹਿਬ, ਤੁਸੀਂ ਵੀ ਬਹੁਤ ਸਾਰੇ ਐਸੇ ਪੇਸ਼ੈਂਟਸ ਨੂੰ ਚੈੱਕ ਕੀਤਾ ਹੋਇਆ ਜਿਹੜੇ ਕਿ ਸਟ੍ਰੈਸਡ ਆਊਟ ਹੋਏ ਨੇ, ਸਟ੍ਰੈਸ ਵਿੱਚ, ਡਿਪਰੈਸ਼ਨ ਵਿੱਚ ਚਲੇ ਗਏ, ਕਿਉਂਕਿ ਮੁੱਖ ਕਾਰਨ ਇਹ ਹੋਇਆ ਕਿ ਮੇਰੇ ਸਾਥੀ ਨੇ, ਮੇਰੇ ਰਿਸ਼ਤੇਦਾਰ ਨੇ ਉਹਨੇ ਇਹ ਲੈ ਲਈ ਅਤੇ ਮੈਂ ਨਹੀਂ ਲੈ ਸਕਿਆ, ਉਹ ਸਾੜ ਵਿੱਚ ਹੀ ਸਾਰਾ ਆਪਣਾ ਜੀਵਨ ਕੱਢ ਦਿੱਤਾ, ਜਾਂ ਕੁਛ ਸੰਤੋਖੀ ਹੋਣ ਦੇ ਬਾਵਜੂਦ, ਘਰ ਵਿੱਚ ਸਭ ਕੁਛ ਹੋਣ ਦੇ ਬਾਵਜੂਦ ਸੰਤੋਖੀ ਨਾ ਹੋ ਸਕਿਆ, ਅਤੇ ਹੋਰ ਦੀ ਹੋਰ ਲਾਲਸਾ ਜਿਹੜੀ ਸੀ ਉਸਨੇ ਘਰਾਂ ਦੇ ਘਰ ਜਿਹੜੇ ਨੇ ਉਹ ਵੀ ਉਜਾੜ ਦਿੱਤੇ। ਸੋ ਹੁਣ ਇੱਥੇ ਗੱਲ ਆਉਂਦੀ ਹੈ ਕਿ ਗੁਰੂ ਸਾਹਿਬ ਤਾਂ ਸਪੱਸ਼ਟ ਤੌਰ 'ਤੇ ਸਾਨੂੰ ਇਹ ਕਹਿ ਰਹੇ ਨੇ ਇਹ ਸਾਰੀਆਂ ਚੀਜ਼ਾਂ ਕਿ ਅਸੀਂ ਸੰਤੋਖੀ ਹੋਣਾ ਹੈ, ਪਰ ਅੱਜ ਦੀ ਇਸ ਰੇਸ ਵਿੱਚ ਜਿੱਥੇ ਅਸੀਂ ਫਸੇ ਪਏ ਹਾਂ, ਇਹਦੇ ਵਿੱਚ ਕਿਵੇਂ ਇਹ ਚੀਜ਼ ਨੂੰ ਅਸੀਂ ਸਟਰੋਂਗ ਬਣਾ ਸਕੀਏ ਨੇ, ਆਪਣੇ ਮਨ ਵਿੱਚ ਬਿਠਾ ਸਕੀਏ ਕਿ ਇਹ ਚੀਜ਼ ਸਿਰਫ ਅਸੀਂ ਮੱਥਾ ਟੇਕਣ ਤੱਕ ਹੀ ਨਾ ਸੀਮਤ ਕਰ ਦਈਏ, ਜੋ ਇਹ ਗੁਰੂ ਨੇ ਸਿਧਾਂਤ ਦੱਸਿਆ ਇਸ ਨੂੰ ਅਸੀਂ ਅਪਣਾਈਏ ਵੀ। ਇਹਦੇ ਬਾਰੇ ਮੈਂ ਤੁਹਾਨੂੰ ਛੋਟੀ ਜਿਹੀ ਗੱਲ ਦੱਸਦਾ ਹਾਂ ਜੀ। ਇੱਕ ਯੂਨਾਈਟਿਡ ਨੇਸ਼ਨਸ ਵੱਲੋਂ ਇੱਕ ਸਟੱਡੀ ਕੀਤੀ ਜਾਂਦੀ ਹੈ ਹਰ ਸਾਲ ਜੀ, ਉਹਨੂੰ ਕਹਿੰਦੇ ਨੇ ਹੈਪੀਨੈਸ ਇੰਡੈਕਸ, ਜਾਂ ਅਤੇ ਉਹ ਇੱਕ ਕੰਟਰੀ ਨੂੰ ਦੇਖਦੇ ਨੇ ਕਿ ਕਿਹੜੀ ਕੰਟਰੀ 'ਚ ਸਭ ਤੋਂ ਜ਼ਿਆਦਾ ਹੈਪੀਨੈਸ ਹੈ। ਪਿਛਲੇ 5 ਸਾਲਾਂ ਤੋਂ ਉਹ ਕੰਟਰੀ ਜਿਹੜੀ ਹੈ ਉਹ ਇੱਕ ਅਫਰੀਕਨ ਕੰਟਰੀ ਹੈ ਜੀ, ਉਹ ਦ ਹੈਪੀਨੈਸ ਇੰਡੈਕਸ ਦੇ ਵਿੱਚ ਸਭ ਤੋਂ ਉੱਪਰ ਹੈ, ਕੋਸਟਾਰੀਕਾ, ਰਾਈਟ, ਪਿਛਲੇ 5 ਸਾਲਾਂ ਤੋਂ। ਅਮੈਰੀਕਾ ਮੈਨੂੰ ਜਿੱਥੇ ਤੱਕ ਨਹੀਂ 115 ਜਾਂ 116 ਨੰਬਰ ਦੇ ਉੱਪਰ ਆਉਂਦੀ ਹੈ, ਰਾਈਟ। ਉਹ ਛੋਟੀ ਜਿਹੀ ਕੰਟਰੀ ਕਿਉਂ ਸੁਖੀ ਹੈ? ਕਿਉਂਕਿ ਉੱਥੇ ਕੰਜ਼ਿਊਮਰਿਜ਼ਮ ਨਹੀਂ ਹੈ, ਉੱਥੇ ਰੋਜ਼ਾਨਾ ਟੀ ਵੀ ਦੇ ਉੱਪਰ ਯੂ ਡੋਂਟ ਗੈਟ ਬੰਬਾਰਡਡ ਵਿਦ ਨਿਊ ਆਈਡੀਆਜ਼ ਕਿ ਤੁਸੀਂ, ਤੁਹਾਡੀ ਜ਼ਿੰਦਗੀ ਇੱਦਾਂ ਸੁਖੀ ਹੋ ਸਕਦੀ ਹੈ, ਤੁਹਾਡੀ ਜ਼ਿੰਦਗੀ ਇੱਦਾਂ ਸੁਖੀ ਹੋ ਸਕਦੀ ਹੈ। ਸਾਡੇ ਇੱਥੇ ਘਰਾਂ ਦੇ ਵਿੱਚ ਫਰਿੱਜ ਭਰੇ ਪਏ ਹੁੰਦੇ ਨੇ ਸਮਾਨ ਦੇ ਨਾਲ, ਖਾਣ ਦੇ ਸਮਾਨ ਦੇ ਨਾਲ, ਪਰ ਅਗਰ ਕੋਈ ਅਚਾਨਕ ਬਿਨਾਂ ਦੱਸੇ ਕੋਈ ਘਰ ਪਹੁੰਚ ਜਾਵੇ, ਬੂਹਾ ਖੜਕਾ ਦੇਵੇ, ਤਾਂ ਪਹਿਲੀ ਗੱਲ ਇਹ ਹੁੰਦੀ ਹੈ ਇਹਨੇ ਟੈਲੀਫੋਨ ਕੀਤਾ ਸੀ, ਮੈਂ ਆਉਣਾ ਆ, ਰਾਈਟ, ਮੈਂ ਰੋਟੀ ਨਹੀਂ ਬਣਾਉਣੀ ਹੁਣ ਕੋਈ ਵੀ ਇਹਦੇ ਵਾਸਤੇ, ਸਮੋਸੇ ਲੈ ਆਓ ਬਾਜ਼ਾਰ ਜਾ ਕੇ, ਸਭ ਕੁਛ ਹੁੰਦੇ ਸੁਣਦੇ ਵੀ, ਰਾਈਟ। ਪਰ ਇਹਨਾਂ ਗਰੀਬ ਦੇਸ਼ਾਂ ਦੇ ਵਿੱਚ ਜੇ 4 ਬੰਦੇ ਬੈਠੇ ਕੁਛ ਖਾ ਰਹੇ ਨੇ, ਪੰਜਵਾਂ ਬੰਦਾ ਅਗਰ ਮੈਂ ਜਾ ਕੇ ਉੱਥੇ ਜਾ ਕੇ ਬਹਿ ਗਿਆ ਉਹਨਾਂ ਦੇ ਕੋਲ ਜਾ ਕੇ, ਮੈਂ ਉਹ ਸ਼ੇਅਰ ਕਰਨ ਲੱਗ ਪਿਆ, ਤਾਂ ਉਹਨਾਂ ਨੇ ਪਲੇਟ ਅੱਗੇ ਕਰ ਦੇਣੀ ਆ ਸ਼ੇਅਰ ਕਰਨ ਦੇ ਵਾਸਤੇ ਵੀ ਖਾਓ ਵੀ ਨਾਲ ਬੈਠ ਕੇ। ਐਬਸੋਲੂਟਲੀ, ਬੜੀਆਂ ਛੋਟੀਆਂ ਚੀਜ਼ਾਂ ਨੇ, ਲੇਕਿਨ ਇਹ ਸ਼ੋਅ ਕਰਦੀਆਂ ਨੇ ਕਿ ਇਹ ਜਿਹੜਾ ਸੰਤੋਖੀ ਹੋਣਾ ਕਿੰਨਾ ਜ਼ਰੂਰੀ ਹੈ, ਅਤੇ ਜੋ ਕੁਛ ਸਾਡਾ ਹੈ ਉਸਨੂੰ ਗੁਰੂ ਨੇ ਜਿਸ ਤਰ੍ਹਾਂ ਕਿ ਵੰਡ ਕੇ ਛਕੀਏ ਦਾ ਕੋਨਸੈਪਟ ਦਿੱਤਾ, ਉਸਨੂੰ ਅਸੀਂ ਅਪਣਾਈਏ। ਤੁਹਾਡਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604-603-7575 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingshow@gmail.com। ਇਹ ਸਾਰੇ ਐਪੀਸੋਡਸ ਦੁਬਾਰਾ ਦੇਖਣਾ ਚਾਹੋ ਤਾਂ ਯੂਟਿਊਬ ਦੇ ਉੱਤੇ ਸਾਰੇ ਪਾਏ ਗਏ ਨੇ, youtube.com/harpreetsingshow 'ਤੇ ਜਾ ਕੇ ਉੱਥੇ ਸਰਚ ਵਿੱਚ ਡਾਕਟਰ ਕਾਲਾ ਸਿੰਘ ਜਦੋਂ ਪਾਓਗੇ ਤਾਂ ਸਾਰੇ ਐਪੀਸੋਡਸ ਆ ਜਾਣਗੇ। ਉਸ ਦੇ ਨਾਲ ਹੀ ਧੰਨਵਾਦ ਦੀਆਂ ਕਿ ਸਮਾਂ ਕੱਢ ਕੇ ਤੁਸੀਂ ਪ੍ਰੋਗਰਾਮ ਨੂੰ ਪਸੰਦ ਕਰਦੇ ਹੋ ਅਤੇ ਉਸ ਦੇ ਨਾਲ ਨਾਲ ਤੁਹਾਡੇ ਸਹਿਯੋਗ ਦੀ ਆਸ ਰੱਖਦੇ ਹਾਂ। ਇਸ ਨੂੰ ਨਿਰੰਤਰ ਅੱਗੇ ਚਲਾਉਣ ਵਾਸਤੇ ਤੁਹਾਡੇ ਸਹਿਯੋਗ ਦੀ ਲੋੜ ਹੈ। ਅਸੀਂ ਸਮਾਂ ਖਰੀਦਦੇ ਹਾਂ ਜੋਏ ਟੀ ਵੀ ਤੋਂ ਅਤੇ ਉਸ ਤੋਂ ਬਾਅਦ ਤੁਹਾਡੇ ਤੱਕ ਪਹੁੰਚ ਕਰਦੇ ਹਾਂ ਹਰ ਰੋਜ਼। ਸੋ ਇਸ ਕਰਕੇ ਥਰੂ ਐਡਵਰਟਾਈਜ਼ਮੈਂਟ ਜਾਂ ਸਪੋਂਸਰਸ਼ਿਪ ਜੇਕਰ ਪ੍ਰੋਗਰਾਮ ਨੂੰ ਮਦਦ ਦੇ ਸਕੋ ਤਾਂ ਤੁਹਾਡੇ ਬਹੁਤ ਧੰਨਵਾਦੀ ਹੋਵਾਂਗੇ। ਇੱਥੇ ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ। ਤਦ ਤੱਕ ਗੁੱਡ ਬਾਏ।